ਅਸਲਾਮ ਵਾਲੇਕਮ ਪਾਕਿਸਾਨੀਆਂ ਤੁਸੀਂ ਦੇਖ ਰਿਹਾ ਹਫ਼ਤਾ ਬਟੂਗਾ ਹੋਰ ਮੈਂ ਤੁਹਾਡਾ ਆਪਣਾ ਭਾਈ ਮੁਹੰਮਦ ਅੱਤਾ ਅੱਜ ਜਿਸ ਟੌਪਿਕ ਤੇ ਆਪਣੀ ਗੱਲਬਾਤ ਹੋਣ ਵਾਲੀ ਹੈ ਉਹ ਹੈ ਜੇ ਚైనా ਦੀ ਵੀਹیکل ਜਿਹੜੀ ਇਲੈਕਟ੍ਰਿਕ ਵੀਹیکل ਦੀ ਬੜੀ ਚਰਚਾ ਹੋ ਰਹੀ ਹੈ YouTube ਤੇ Facebook ਤੇ Insta ਤੇ TikTok ਤੇ ਆਪਣਾ ਬਹੁਤ ਜ਼ਿਆਦਾ ਲੋਕਾਂ ਨੇ ਵੀਡੀਓ ਚੜਾਈਆਂ ਨੇ ਛੋਟੀ ਜੀ ਪਾਕਿਸਾਨ ਚ ਖਬਰ ਆ ਜਾਵੇ ਤੇ ਜਨਾਬ ਸਾਡੇ YouTube ਪਰ ਭਾਈ ਜਾਂ ਸਾਡੇ ਫੇਮ ਲੈਣ ਵਾਲੇ ਜਨਾਬ ਬੰਦੇ ਮੈਂ ਕਿਲਾ ਮੈਂ ਖਬਰ ਨੂੰ ਅੱਗੇ ਜਨਾਬ ਬੜਾ ਚੜਾ ਕੇ ਤੇ ਅੱਗੇ ਜਨਾਬ ਪੇਸ਼ ਕਰਨ ਤੇ ਮੈਂ ਆਪਣਾ ਕੋਸ਼ਿਸ਼ ਕਰਦਾ ਤੁਲ ਇਮਕਾਨ ਕੇ ਕੋਈ ਵੀ ਗੱਲ ਤੁਹਾਡੇ ਨਾਲ ਐਸੀ ਸ਼ੇਅਰ ਨਾ ਕੀਤੀ ਜਾ ਜਿੰਦੀ ਜਿਹੜੀ ਝੂਠ ਤੇ ਮਪਣੀ ਹੋਵੇ ਜਿੰਦਾ ਅੱਗੇ ਰੋਜ਼ੇ ਕਿਆਮਤ ਹਿਸਾਬ ਦੇਣਾ ਪਵੇ ਛੋਟੀ ਛੋਟੀ ਬਰੀਕੀ ਕਰਦੇ ਹਾਂ ਕੋਈ ਚੀਜ਼ ਮੇਰੇ ਕੋਲ ਮਿਸਟੇਕ ਹੋ ਜਾਂਦੀ ਹੈ ਤੇ ਮੇਰੇ ਦੋਸਤ ਆਪ ਐਸੇ ਨੇ ਮਾਸ਼ਾਅੱਲਾ ਉਹਗਾ ਕਰ ਦਿੰਦੇ ਨੇ ਤੇ ਚੀਜ਼ ਨੂੰ ਬੰਦਾ ਜਿਹੜਾ ਹੈ ਨਾ ਉਹ ਕੋਸ਼ਿਸ਼ ਕਰਦਾ ਹੈ ਕਿ ਉਹਨੂੰ ਖਤਮ ਕਰਤੀ ਜਾਵੇ ਤੇ ਇਹ ਜਿਹੜੀ ਚైనా ਦੀ ਮਿੰਨੀ ਵੀਕਲ ਹੈ ਜਨਾਬ ਇਹਦੇ ਬਾਰੇ ਕੋਈ ਅਜੇ ਤੱਕ ਮੁਸਦਕਾ ਇਤਲਾਾਤ ਨਹੀਂ ਨੇ ਇੱਕ Google ਤੇ ਆਪਣਾ ਇੱਕ ਵੈਬਸਾਈਟ ਨੇ ਆਪਣਾ ਕੀਤੀ ਇਨਫਾਰਮੇਸ਼ਨ ਆਪਣਾ ਸ਼ੇਅਰ ਕੋਈ ਡੀਲਰ ਡਾਟ ਕਾਮ ਹੈ ਉਸ ਤੋਂ ਇਲਾਵਾ ਕਿਸੇ ਵੀ ਆਪਣਾ ਵੈਬਸਾਈਟ ਨੇ ਇਹ ਵਾਲੀ ਜਿਹੜੀ ਨਿਊਜ਼ ਹੈ ਉਹ ਸ਼ੇਅਰ ਨਹੀਂ ਕੀਤੀ ਔਰ ਇਹਦੀ ਤਸਦੀਕ ਨਹੀਂ ਕੀਤੀ ਲੇ ਡੀਲਰ ਡਾਟ ਕਾਮ ਜਿਹੜਾ ਹੈ ਉਹ ਕਹਿੰਦਾ ਜੀ ਕਿ ਪਾਕਿਸਤਾਨ 'ਚ ਤਕਰੀਬਨ ਇਹ ਜਿਹੜੀ ਆਪਣਾ ਮਿੰਨੀ ਇਲੈਕਟ੍ਰਿਕ ਵਹੀਕਲ ਇਹ ਆਪਣਾ ਲਾਂਚ ਹੋਣ ਵਾਲੀ ਅਤੇ ਇਹ ਤਕਰੀਬਨ ਇੱਕ ਸੌ ਸੱਤਰ ਤੋਂ ਇੱਕ ਸੌ ਅੱਸੀ ਕਿਲੋਮੀਟਰ ਇੱਕ ਦਫਾ ਚਾਰਜ ਹੋ ਕੇ 12 ਵੋਲਟ ਦੇ ਕਰੰਟ ਨਾਲ ਤੇ ਇਹ ਤਕਰੀਬਨ 170 ਤੋਂ 180 ਕਿਲੋਮੀਟਰ ਜਿਹੜੇ ਨਾਲ ਜੀ ਇਹ ਚੱਲੇਗੀ ਤੇ ਐਕਸੈਪਟਡ ਐਕਸੈਪਟ ਯਾਨੀ ਕਿ ਇਹ ਕਹਿੰਦਾ ਹੈ ਕਿ ਵੀ ਤਕਰੀਬਨ ਐਵਰੇਜ ਜਿਹੜੀ ਇਹ ਕੀਮਤ ਤੋਂ ਪਾਕਿਸਤਾਨੀ ਦਾ 2.5 ਲੱਖ ਰੁਪਇਆ ਹੋਏਗੀ ਸਿਣੀ ਸਮਝਦੇ ਕਿੰਨੀ ਕੀਮਤ ਹੋਏਗੀ ਕਿਉਂਕਿ ਡਾਲਰ ਦਾ ਰੇਟ ਕਿੱਥੇ ਜਾ ਰਿਹਾ ਹੈ ਤੇ ਪਾਕਿਸਤਾਨ ਦੀ ਜਿਹੜੀ ਦਿਨ ਬਦ ਦਿਨ ਰੁਪਏ ਦੀ ਜਿਹੜੀ ਹੈ ਕਦਰ ਗਿਰਦੀ ਜਾ ਰਹੀ ਸੀ ਨਹੀਂ ਐਕਸੈਪਟ ਕਰ ਰਿਹਾ ਕਿ ਇਹ ਐਲੀ ਜਿਹੜੀ ਇੰਨੀ ਵਹੀਕਲ ਜਿਹੜੀ ਇੰਨੇ ਫੀਚਰ ਜਿੰਨੇ ਉਹ ਦੱਸ ਰਹੇ ਨੇ ਇੱਕਮਸ ਕਮ ਕਮਸ ਕਮੀ ਪਾਕਿਸਤਾਨੀ ਘਟ ਤੋਂ ਘਟ ਕੀਮਤਿੰਦੀ ਹੋਈ ਤੇ 12 ਤੋਂ 13 ਲੱਖ ਰੁਪਈਆ ਸਟਾਰਟਿੰਗ ਹੋਗੀ ਬਾਅਦ ਚਤੇ ਵੇ ਜਿਸ ਤਰ੍ਹਾਂ ਆਲਟੋ ਆਈ ਜਿਸ ਤਰ੍ਹਾਂ ਜਨਾਬ ਕਲਟਸ ਆਈ ਜਿਸ ਤਰ੍ਹਾਂ ਮੈਗਨਾਰ ਆਈ ਉਹ 12 ਲੱਖ ਤੋਂ ਸ਼ੁਰੂ ਹੋਈ ਆਲਟੋ ਵੀ ਤਕਰੀਬਨ 12 ਲੱਖ ਤੋਂ ਸ਼ੁਰੂ ਹੋਈ ਕਲਟਸ ਥੋੜੀ ਮਹਿੰਗੀ ਹੋਈ ਤੇ ਉਹ ਕਲਟਸ ਦੇ ਲੋ 27 ਲੱਖ ਤੇ ਪਹੁੰਚ ਗਈ ਆਲਟੋ ਜਿਹੜੀ ਉਹ ਆਪਣਾ 20 ਲੱਖ ਪਲੱਸ ਪਹੁੰਚ ਗਈ। ਔਰ ਵੈਗਨਾਰ ਜਿਹੜੀ ਤੁਹਾਡੇ ਸਾਹਮਣੇ ਉਹ 26 27 ਲੱਖ ਤੇ ਪਹੁੰਚ ਗਈ। ਇਸ ਵਾਸਤੇ ਉਹ ਕਹਿੰਦਾ ਜੀ ਚైనా ਮਿੰਨੀ ਕਾਰ ਇਲੈਕਟ੍ਰਿਕ ਕਾਰ ਇਨ ਪਾਕਿਸਤਾਨ ਠੀਕ ਹੈ ਜੀ ਉਹ ਕਹਿੰਦਾ ਜੀ ਲਾਂਚ ਕਰਦੀ ਗਈ ਹੈ 2022 ਦੀ ਜਿਹੜੀ ਲਾਂਚ ਹੋਏਗੀ 2023 ਚ ਜਿਹੜਾ ਨਾ ਪਾਕਿਸਤਾਨ ਚ ਅਵੇਲੇਬਲ ਹੋਏਗੀ। ਉਹ ਕਹਿੰਦਾ ਜੀ ਫਿਚਰ ਇਨ ਦਨ ਚ ਹੈ ਨੇ ਜਨਾਬ ਕਿ 2 도어 ਹੋਏਗੀ ਅੱਛਾ ਉਸ ਤੋਂ ਬਾਅਦ ਉਹ ਕਹਿੰਦਾ ਚਾਰ ਸੀਟਾਂ ਹੋਣਗੀਆਂ 2 ਟੂਰ ਹੋਏਗੀ ਚਾਰ ਸੀਟਾਂ ਹੋਣਗੀਆਂ ਐਮ ਐਫ ਐਮ ਜਿਹੜੇਡੀਓ ਜਿਹੜੇ ਇੰਸਟਾਲ ਹੋਏਗਾ 에어 ਕੰਡੀਸ਼ਨਰ ਇੰਸਟਾਲ ਹੋਏਗਾ 2 에어 ਬੈਗ ਹੋਣਗੇ LCD ਸਕਰੀਨ ਹੋਏਗੀ ABS ਬ੍ਰੇਕ ਸਿਸਟਮ ਹੋਏਗਾ ਉਸ ਤੋਂ ਬਾਅਦ ਸੈਂਟਰ ਲਾਕਿੰਗ ਸਿਸਟਮ ਹੋਏਗਾ ਪਾਵਰ ਵਿੰਡੋ ਹੋਗਾ LED ਫਰੰਟ ਲਾਈਟ ਹੋਣਗੀਆਂ ਪਾਵਰਫੁੱਲ ਇਨ ਦੀ ਬੈਟਰੀ ਹੋਏਗੀ 12 ਵੋਲਟ ਤੇ ਨੰਦ ਨਾਲ ਚਾਰਜਰ ਹੋਏਗਾ ਡੀਆਰ ਲਏਗਾ ਬੈਕ ਵੀ ਕੈਮਰਾ ਹੋਏਗਾ ਉਹਨੇ ਕਹੇ ਜੀ ਇਹ ਤਕਰੀਬਨ 4 ਤੋਂ 5 ਘੰਟੇ ਚਾਰਜ ਹੋਏਗੀ ਇੱਕ ਚਾਰਜਿੰਗ ਤੋਂ 170 ਤੋਂ ਲੈ ਕੇ 180 ਕਿਲੋਮੀਟਰ ਤੱਕ ਇਹ ਚੱਲ ਸਕਦੀ ਹੈ ਜੀ ਇਸ ਇਲਾਵਾ ਕਿਸੇ ਹੋਰ ਵੈਬਸਾਈਟ ਨੇ ਨਹੀਂ ਇਹਦੀ ਰਿਪੋਰਟ ਦਿੱਤੀ ਇਹ ਕਹਿੰਦਾ ਜੀ ਤਕਰੀਬਨ ਐਕਸੈਪਟਡ ਪ੍ਰਾਈਸ ਜਿਹੜੀ ਹੈ ਨਾ ਜੀ ਉਹ 2 ਲੱਖ ਪਾਕਿਸਤਾਨੀ ਰੁਪਈਆ ਨੇ لیکن ਇਹ ਸਮਝ ਨਹੀਂ ਆਂਦੀ ਚੀਜ਼ ਕਿਉਂਕਿ ਚਾਰ ਸੀਟਾਂ ਜਨ ਬੇਸ਼ੱਕ 2 ਡੋਰ ਹੋਵੇ ਤੇ ਇੰਨੀ جناب ਨਿਊ ਕੰਡੀਸ਼ਨ ਦੀ ਤੁਹਾਨੂੰ ਗੱਡੀ ਜਿਹੜੀ ਹੈ ਉਹ ਪਾਕਿਸਤਾਨੀ 2 ਲੱਖ ਦੀ ਮਿਲ ਜਾਵੇ ਇੱਥੇ ਆਈਕਲ ਦੇ 2 ਲੱਖ ਦੀ ਬਾਈਕ ਨਹੀਂ ਮਿਲ ਰਹੀ ਜਨਾਬ ਤੇ 70 ਜਿਹੜੀ ਬਾਈਕ ਹੈ ਉਹ ਤਕਰੀਬਨ ਸਵਾ ਲੱਖ ਦੀ ਹੋਈ ਪਈ ਅੱਛੀ ਜਿਹੜੀ ਬਾਈਕ ਹੈ ਜਨਾਬ ਉਹ 350 ਤੋਂ 4 ਲੱਖ ਤੋਂ ਚਲੀ ਗਈ ਪਾਕਿਸਤਾਨੀ ਹੈਵੀ ਬਾਈਕ ਤੇ ਤੇ ਕਾਫੀ ਕਾਫੀ ਰੇਟ ਨੇ इस वक्त असी नहीं समझते भी जो तक कि पाकिस्तान च लाच ना हो जनाब दो तो ढाई लाख ही मिल जाए हाँ अच्छी गल है माशाला अगर चाइना हेल्प कर रहा है ये भी हो सकता है भी दो तो ढाई लख यन हो क्योंकि न की थोड़ी कीमत ज़्यादा पाकिस्तान यान एक रुपया संताली पैसे अगर ढाई लक्ष यन हो जी फिर ਤਕਰੀਬਨ ਬਣਦਾ ਹੈ ਜਨਾਬ 637000 250000 ਜੀ ਇਹ ਤਕਰੀਬਨ ਬਣ ਜਾਂਦਾ ਹੈ ਨਾ 1.5 ਜੁ ਲਾ ਲਓ ਤੁਸੀਂ ਤਕਰੀਬਨ 7 3.5 ਲੱਖ ਰੁਪਇਆ ਬਣਦਾ ਹੈ ਨਹੀਂ ਇਸ ਤੋਂ ਜ਼ਿਆਦਾ ਘੱਲ ਬਣ 1.5 ਲੱਖ 2.5 ਲੱਖ ਕੀ ਤੁਸੀਂ 1.5 ਲੱਖ ਤਕਰੀਬਨ 375000 ਰੁਪਇਆ ਬਣਦਾ ਹੈ ਇਹ ਗੱਲ ਬਨ ਹੋ ਸਕਦਾ ਹੈ ਕਿ ਵੀ ਉਹ ਕਹਿੰਦੇ ਫਰੀਆਫ ਜਾਨੀ ਕਿ ਉਹਨੂੰ ਪ੍ਰਾਫਿਟ ਕਹਿੰਦੇ ਨੇ ਜੇ ਫਰੀਆ ਉਹ ਆਪਣਾ ਜਿੰਨਾ ਵੀ ਹੈ ਜਿੰਨੀ ਲਾਗਤ ਤੇ ਆਈ ਜੇ ਪਾਕਿਸਤਾਨ ਦੀ ਹੈਲਪ ਕਰਨਾ ਚਾਹੁੰਦਾ ਹੈ ਇਹ ਹੋ ਸਕਦਾ ਹੈ ਲੇਕਿਨ ਬਹੁਤ ਮੁਸ਼ਕਿਲ ਹੈ ਕਿ 2.5 ਲੱਖ ਕੀ ਤੁਹਾਨੂੰ ਜਨਾਬ ਚਾਰ ਸੀਟਾਂ ਵਾਲੀ ਗੱਡੀ ਲੱਭ ਜਾਏ 2 ਡੋਰਸ ਤੇ ਫੁਲੀ ਇਲੈਕਟਡ ਹੋ ਕਿਉਂਕਿ ਆਲ ਵਾਰਲਡ ਚ ਤੁਸੀਂ ਦੇਖ ਲੋ ਜਿੰਨੀ ਵੀ ਇਲੈਕਟ੍ਰਿਕ ਗੱਡੀਆਂ ਨੇ ਉਹ ਸਭ ਤੋਂ ਮਹਿੰਗੀਆਂ ਨੇ ਫਿਊਲ ਵਾਲੀਆਂ ਫਿਰ ਵੀ ਸਸਤੀਆਂ ਨੇ ਚਾਹਨੇ ਪਾਕਿਸਤਾਨ ਚ ਅੱਛੀ ਆਪਣਾ ਗੱਡੀ ਆ ਜਾਵੇ ਜਿਹੜੀ ਕਿ ਜਨਾਬ ਮੋਟਰਸਾਈਕਲ ਦੀ ਕੀਮਤ ਇੱਚ ਹੋਵੇ بارش ਹੁੰਦੀ ਹੈ ਗਰੀਬ ਅਸੀ ਲੋਕ ਨੇ तकरीबन 70 75% ਲੋਕ ਜਿਹੜੇ ਨੇ ਉਹ ਵਿਚਾਰੇ ਗੁਜ਼ਾਰਾ ਕਰਨ ਨਾਲ ਚਾਹੁੰਦੇ ਆ ਬਿ ਉਹਨਾਂ ਲਈ ਜਨਾਬ ਗੱਡੀ ਹੋ ਜਾਵੇ ਲੇਕਿਨ ਬਹੁਤ ਮੁਸ਼ਕਿਲ ਹੈ ਜੀ ਚਲੋ ਅੱਲਾ ਤਾਲਾ ਖੈਰ ਕਰੇ ਦੁਆ ਹੈ ਸੀ ਤੁਹਾਡੇ ਨਾਲ ਐਂ ਜੀ ਅੱਲਾ ਤਾਲਾ ਪਾਕਿਸਤਾਨ ਦਾ ਹਾਮੀਆਂ ਨਾਜ਼ਰ ਹੋ ਅੱਲਾ ਤਾਲਾ तमाम ਵੀਵਰਜ਼ ਰਾਤੀ ਸਿਹਤ ਕਾਮਲਾ ਦੀ ਦੁਆ ਕਰਦੇ ਆ ਜਨਾਬ ਤੇ ਅੱਲਾ ਤਾਲਾ ਹਰ ਮੁਸਲਮਾਨ ਨੂੰ ਸੱਚ ਬੋਲਣ ਦੀ ਤੋਫੀਕਤਾ ਫਰਮਾਏ ਆਮੀਨ ਸਵਾਮੀਨ ਅੱਲਾ ਫੇ ਅਸਲਾਮ ਵਾਲੇਕਮ ਪਾਕਿਸਾਨੀਆਂ ਤੁਸੀਂ ਦੇਖ ਰਿਹਾ ਅਫਤਾਬ ਬਟੂਕਾਰ ਮੈਂ ਤੁਹਾਡਾ ਆਪਣਾ ਭਾਈ ਮੁਹੰਮਦ ਅਫਤਾਬ ਅੱਜ ਜਿਸ ਟੌਪਿਕ ਤੇ ਆਪਣੀ ਗੱਲਬਾਤ ਹੋਣ ਵਾਲੀ ਹੈ ਉਹ ਅੱਜ ਚైనా ਦੀ ਵਹੀਕਲ ਜਿਹੜੀ ਇਲੈਕਟ੍ਰਿਕ ਵਹੀਕਲ ਦੀ ਬੜੀ ਚਰਚਾ ਹੋ ਰਹੀ ਹੈ YouTube ਤੇ Facebook ਤੇ Insta ਤੇ TikTok ਤੇ ਆਪਣਾ ਬਹੁਤ ਜ਼ਿਆਦਾ ਲੋਗਰ ਨੇ ਵੀਡੀਓ ਚੜਾਈਆਂ ਨੇ ਛੋਟੀ ਜੀ ਪਾਕਿਸਤਾਨ 'ਚ ਖਬਰ ਆ ਜਾਵੇ ਤੇ ਜਨਾਬ ਸਾਡੇ YouTube ਪਰ ਭਾਈ ਜਾਂ ਸਾਡੇ ਫੇਮ ਲੈਣ ਵਾਲੇ ਜਨਾਬ ਬੰਦੇ ਉਹ ਮਿੰਟ ਲਾਂਦੇ ਨੇ ਖਬਰ ਨੂੰ ਅੱਗੇ ਜਨਾਬ ਬੜਾ ਚੜਾ ਕੇ ਤੇ ਅੱਗੇ ਜਨਾਬ ਪੇਸ਼ ਕਰਨ ਤੇ ਮੈਂ ਆਪਣਾ ਕੋਸ਼ਿਸ਼ ਕਰਦਾ ਤੁਲਮਕਾਨ ਕੇ ਕੋਈ ਵੀ ਗੱਲ ਤੁਹਾਡਨ ਨਾਲ ਐਸੀ ਸ਼ੇਅਰ ਨਾ ਕੀਤੀ ਜਾ ਜਿੰਦੀ ਜਿਹੜੀ ਛੋਟ ਤੇ ਮੁਕਣੀ ਹੋਵੇ ਜਿੰਦਾ ਅੱਗੇ ਰੋਜ਼ੇ ਕਿਆਮਤ ਹਿਸਾਬ ਦੇਣਾ ਪਵੇ ਛੋਟੀ ਛੋਟੀ ਬਰੀਕੀ ਕਰਦੇ ਹਾਂ ਕੋਈ ਚੀਜ਼ ਮੇਰੇ ਕੋਲ ਮਿਸਟੇਕ ਹੋ ਜਾਂਦੀ ਹੈ ਤੇ ਮੇਂ ਦੋਸਤ ਹੈ ਬਾਪ ਐਸੇ ਨੇ ਮਾਸ਼ੱਲਾ ਉਹਗਾ ਕਰਦੇ ਨੇ ਤੋਂ ਚੀਜ਼ ਨੂੰ ਬੰਦਾ ਜਿਹੜਾ ਨਾ ਉਹ ਕੋਸ਼ਿਸ਼ ਕਰਦਾ ਕਿ ਉਹਨੂੰ ਖਤਮ ਕਰਤੇ ਜਾਵੇ ਇਹ ਜਿਹੜੀ ਚైనਾਂ ਦੀ ਮਿੰਨੀ ਵੀਕਲ ਹੈ ਜਨਾਬ ਇਹਦੇ ਬਾਰੇ ਕੋਈ ਅਜੇ ਤੱਕ ਮੁਸਦਕਾ ਇਤਲਾਾਤ ਨਹੀਂ ਨੇ ਇੱਕ Google ਤੇ ਆਪਣਾ ਇੱਕ ਵੈਬਸਾਈਟ ਨੇ ਆਪਣਾ ਕੀਤੀ ਇਨਫਾਰਮੇਸ਼ਨ ਆਪਣਾ ਸ਼ੇਅਰ ਕੋ ਡੀਲਰ .com ਹੈ ਉਸ ਇਲਾਵਾ ਕਿਸੇ ਵੀ ਆਪਣਾ ਵੈਬਸਾਈਟ ਨੇ ਇਹ ਜਿਹੜੀ ਨਿਊਜ਼ ਹੈ ਉਹ ਸ਼ੇਅਰ ਨਹੀਂ ਕੀਤੀ ਔਰ ਇਹਦੀ ਤਸਦੀਕ ਨਹੀਂ ਕੀਤੀ dealer.com ਜਿਹੜਾ ਉਹ ਕਹਿੰਦਾ ਜੀ ਕਿ ਪਾਕਿਸਤਾਨ 'ਚ तकरीबन ਹੈ ਜਿਹੜੀ ਆਪਣਾ ਮਿੰਨੀ ਇਲੈਕਟ੍ਰਿਕ ਵਹੀਕਲ ਇਹ ਆਪਣਾ ਲਾਂਚ ਹੋਣ ਵਾਲੀ ਤੇ ਇਹ तकरीबन 170 ਤੋਂ 180 ਕਿਲੋਮੀਟਰ ਇੱਕ ਦਫਾ ਚਾਰਜ ਹੋ ਕੇ 12 ਵੋਲਟ ਦੇ ਕਰੰਟ ਨਾਲ ਤੇ ਇਹ तकरीबन 170 ਤੋਂ 180 ਕਿਲੋਮੀਟਰ ਜਿਹੜੇ ਨੇ ਜੀ ਇਹ ਚੱਲੇਗੀ ਤੇ ਐਕਸੈਪਟਡ ਐਕਸੈਪਟ ਯਾਨੀ ਕਿ ਇਹ ਕਹਿੰਦਾ ਹੈ ਕਿ ਵੀ ਤਕਰੀਬਨ ਐਵਰੇਜ ਜਿਹੜੀ ਹੈ ਕੀਮਤ ਤੋਂ ਪਾਕਿਸਤਾਨੀ ਦਾ 2.5 ਲੱਖ ਰੁਪਇਆ ਹੋਏਗੀ ਸਿਣੀ ਸਮਝਦੇ ਕਿੰਨੀ ਕੀਮਤ ਹੋਏਗੀ ਕਿਉਂਕਿ ਡਾਲਰ ਦਾ ਰੇਟ ਕਿੱਥੇ ਜਾ ਰਿਹਾ ਹੈ ਤੇ ਪਾਕਿਸਤਾਨ ਦੀ ਜਿਹੜੀ ਦਿਨ ਬਦ ਦਿਨ ਰੁਪਏ ਦੀ ਜਿਹੜੀ ਹੈ ਕਦਰ ਘਿਰਦੀ ਜਾ ਰਹੀ ਹੈ ਸਿਣੀ ਐਕਸੈਪਟ ਕਰ ਰਿਹਾ ਹੈ ਕਿ ਇਹ ਐਲੀ ਜਿਹੜੀ ਇਨੀ ਵੀਕਲ ਜਿਹੜੀ ਇਨੀ ਫੀਚਰ ਜਿੰਨੇ ਉਹ ਦੱਸ ਰਹੇ ਨੇ ਇਕ ਕਮਸ ਕਮ ਕਮਸ ਕਾ ਮੀ ਪਾਕਿਸਤਾਨੀ ਘਟ ਤੋਂ ਘਟ ਕੀ ਮਤਿੰਦੀ ਹੋਈ ਤੇ 12 ਤੋਂ 13 ਲੱਖ ਰੁਪਈਆ ਸਟਾਰਟਿੰਗ ਹੋ ਗਈ ਬਾਅਦ ਜਤੇ ਫਿਰ ਜਿਸ ਤਰ੍ਹਾਂ ਆਲਟੋ ਆਈ ਜਿਸ ਤਰ੍ਹਾਂ ਜਨਾਬ ਕਲਟਸ ਹੋਈ ਜਿਸ ਤਰ੍ਹਾਂ ਵੈਗਨਾਰ ਆਈ ਉਹ 12 ਲੱਖ ਤੋਂ ਸ਼ੁਰੂ ਹੋਈ ਆਲਟੋ ਵੀ ਤਕਰੀਬਨ 12 ਲੱਖ ਤੋਂ ਸ਼ੁਰੂ ਹੋਈ ਕਲਟਸ ਥੋੜੀ ਮਹਿੰਗੀ ਹੋਈ ਤੇ ਉਹ ਕਲਟਸ ਦੇਖ ਲਓ 27 ਲੱਖ ਤੇ ਪਹੁੰਚ ਗਈ ਆਲਟੋ ਜਿਹੜੀ ਉਹ ਆਪਣਾ 20 ਲੱਖ ਪਲੱਸ ਪਹੁੰਚ ਗਈ ਔਰ ਵੈਗਨਾਰ ਜਿਹੜੀ ਤੁਹਾਡੇ ਸਾਹਮਣੇ ਉਹ 26-27 ਲੱਖ ਤੇ ਪਹੁੰਚ ਗਈ ਇਸ ਵਾਸਤੇ ਉਹ ਕਹਿੰਦਾ ਜੀ ਚైనా ਮਿੰਨੀ ਕਾਰ ਇਲੈਕਟ੍ਰਿਕ ਕਾਰ ਇਨ ਪਾਕਿਸਤਾਨ ਠੀਕ ਹੈ ਜੀ ਉਹ ਕਹਿੰਦਾ ਜੀ ਲਾਂਚ ਕਰਤੀ ਗਈ ਹੈ 2022 ਦੀ ਜਿਹੜੀ ਲਾਂਚ ਹੋਏਗੀ 2023 ਚ ਜਿਹੜਾ ਨਾ ਪਾਕਿਸਤਾਨ ਚ ਅਵੇਲੇਬਲ ਹੋਏਗੀ ਉਹ ਕਹਿੰਦਾ ਜੀ ਫਿਚਰ ਇੰਦਰ ਚ ਹੈ ਨੇ ਜਨਾਬ ਕਿ 2 ਡੋਰਸ ਹੋਏਗੀ ਅੱਛਾ ਉਸ ਤੋਂ ਬਾਅਦ ਉਹ ਕਹਿੰਦਾ ਚਾਰ ਸੀਟਾਂ ਆਉਣਗੀਆਂ 2 ਟੂਰ ਹੋਏਗੀ ਚਾਰ ਸੀਟਾਂ ਹੋਣਗੀਆਂ ਐਮ ਐਫ ਐਮ ਜਿਹੜੇ ਰੇਡੀਓ ਜਿਹੜੇ ਇੰਸਟਾਲ ਹੋਏਗਾ 에어 ਕੰਡੀਸ਼ਨਰ ਇੰਸਟਾਲ ਹੋਏਗਾ 2 에어 ਬੈਗਸ ਹੋਣਗੇ ਐਲ ਸੀ ਡੀ ਸਕਰੀਨ ਹੋਏਗੀ ਐਪੀ ਐਸ ਬ੍ਰੇਕ ਸਿਸਟਮ ਹੋਏਗਾ ਉਸ ਤੋਂ ਬਾਅਦ ਸੈਂਟਰ ਲਾਕਿੰਗ ਸਿਸਟਮ ਹੋਏਗਾ ਪਾਵਰ ਵਿੰਡੋ ਹੋਗਾ ਐਲ ای ਡੀ ਫਰੰਟ ਲਾਈਟ ਹੋਣਗੀਆਂ ਪਾਵਰਫੁੱਲ ਇਨ ਦੀ ਬੈਟਰੀ ਹੋਏਗੀ 12 ਵੋਲਟ ਦੇ ਨਾਲ ਚਾਰਜਰ ਹੋਏਗਾ ਡੀਆਰਐਲ ਆਏਗਾ ਬੈਕ ਵੀ ਕੈਮਰਾ ਹੋਏਗਾ ਉਹਨਾਂ ਕਹਿੰਦੇ ਜੀ ਇਹ ਤਕਰੀਬਨ 4 ਤੋਂ 5 ਘੰਟੇ ਚਾਰਜ ਹੋਏਗੀ ਇੱਕ ਚਾਰਜਿੰਗ ਤੋਂ 170 ਤੋਂ ਲੈ ਕੇ 180 ਕਿਲੋਮੀਟਰ ਤੱਕ ਇਹ ਚੱਲ ਸਕਦੀ ਹੈ ਜੀ ਇਸ ਇਲਾਵਾ ਕਿਸੇ ਹੋਰ ਵੈਬਸਾਈਟ ਨੇ ਨਹੀਂ ਇਹਦੀ ਰਿਪੋਰਟ ਦਿੱਤੀ ਇਹ ਕਹਿੰਦਾ ਜੀ ਤਕਰੀਬਨ ਐਕਸੈਪਟਡ ਪ੍ਰਾਈਸ ਜਿਹੜੀ ਹੈ ਨਾ ਜੀ ਉਹ 2 ਲੱਖ ਪਾਕਿਸਤਾਨੀ ਰੁਪਈਆ ਨੇ لیکن ਇਹ ਸਮਝ ਨਹੀਂ ਆਂਦੀ ਚੀਜ਼ ਕਿਉਂਕਿ ਇਹ ਚਾਰ ਸੀਟਾਂ ਜਨ ਬੇਸ਼ੱਕ 2 ਡੋਰ ਹੋਵੇ ਤੇ ਇੰਨੀ جناب ਨਿਊ ਕੰਡੀਸ਼ਨ ਦੀ ਤੁਨ ਗੱਡੀ ਜਿਹੜੀ ਹੈ ਉਹ ਪਾਕਿਸਤਾਨੀ 2 ਲੱਖ ਦੀ ਮਿਲ ਜਾਵੇ ਇੱਥੇ ਆਈਕਲ ਤੇ 2 ਲੱਖ ਦੀ ਬਾਈਕ ਨਹੀਂ ਮਿਲ ਰਹੀ ਜਨਾਬ ਤੇ 70 ਜਿਹੜੀ ਬਾਈਕ ਹੈ ਉਹ ਤਕਰੀਬਨ ਸਵਾ ਲੱਖ ਦੀ ਹੋਈ ਪਈ ਅੱਛੀ ਜਿਹੜੀ ਬਾਈਕ ਹੈ ਜਨਾਬ ਉਹ 350 ਤੋਂ 4 ਲੱਖ ਤੇ ਚਲੀ ਗਈ ਪਾਕਿਸਤਾਨੀ ਹੈਵੀ ਬਾਈਕ ਤੇ ਤੇ ਕਾਫੀ ਕਾਫੀ ਰੇਟ ਨੇ ਇਸ ਵਕਤ 에 ਅਸੀਂ ਨਹੀਂ ਸਮਝਦੇ ਵੀ ਜਦ ਤੱਕ ਕਿ ਪਾਕਿਸਤਾਨ ਚ ਲਾਂਚ ਨਾ ਹੋਵੇ ਤੇ ਜਨਾਬ ਇਹ 2 ਤੋਂ 2.5 ਲੱਖ ਕਿ ਮਿਲ ਜਾਏ ਹਾਂ ਅੱਛੀ ਗੱਲ ਐ ਮਾਸ਼ੱਲਾ ਅਗਰ ਚైనా ਹੈਲਪ ਕਰ ਰਿਹਾ ਇਹ ਵੀ ਹੋ ਸਕਦਾ ਵੀ 2 ਤੋਂ 2.5 ਲੱਖ ਯਨ ਹੋਵੇ ਕਿਉਂਕਿ ਯਨ ਦੀ ਥੋੜੀ ਕੀਮਤ ਜ਼ਿਆਦਾ ਐ ਪਾਕਿਸਤਾਨ ਚ ਤੇ ਯਨ 1 ਰੁਪਇਆ 47 ਪੈਸੇ ਅਗਰ 2.5 ਲੱਖ ਯਨ ਹੋਵੇ ਨਾ ਜੀ ਫਿਰ ਤਕਰੀਬਨ ਬਣਦਾ ਹੈ ਜਨਾਬ 637000 250000 ਜੀ ਇਹ ਤਕਰੀਬਨ ਬਣ ਜਾਂਦੇ ਨੇ 1.5 ਜੁਲਾ ਲਓ ਤੁਸੀਂ ਤਕਰੀਬਨ 7 3 3.5 ਲੱਖ ਰੁਪਇਆ ਬਣਦਾ ਹੈ ਨਹੀਂ ਇਸ ਤੋਂ ਜ਼ਿਆਦਾ ਗੱਲ ਬਣ 1.5 ਲੱਖ 2.5 ਲੱਖ ਕੀ ਤੁਸੀਂ 1.5 ਲੱਖ ਤਕਰੀਬਨ 375000 ਰੁਪਇਆ ਬਣਦਾ ਹੈ ये यू हो सकता कि भी वो कह जी फ्री ऑफ यानी कि प्रॉफिट कहें फ्री ऑफ अपना जितना भी है भी लागत आई अभी पाकिस्तान की हेल्प करना चाहते हैं ये हो सकता है लेकिन बहुत मुश्किल है के कि ढाई लाख तुम्हें जनाब चार सीटा वाली ग्डी लग जाए टू डोअर तो और फुली इलेक्ट्रिड वह क्योंकि आल ਵਾਰਡ ਚ ਤੁਸੀਂ ਦੇਖ ਲੋ ਜਿੰਨੀ ਵੀ ਇਲੈਕਟ੍ਰਿਕ ਗੱਡੀਆਂ ਨੇ ਉਹ ਸਭ ਤੋਂ ਮਹਿੰਗੀਆਂ ਨੇ ਫਿਊਲ ਵਾਲੀਆਂ ਫਿਰ ਵੀ ਸਸਤੀਆਂ ਨੇ ਜੇਨੇ ਪਾਕਿਸਤਾਨ ਚ ਅੱਛੀ ਆਪਣਾ ਗੱਡੀ ਆ ਜਾਵੇ ਜਿਹੜੀ ਕਿ ਜਨਾਬ ਮੋਟਰਸਾਈਕਲ ਦੀ ਕੀਮਤ ਇੱਚ ਹੋਵੇ بارش ਹੁੰਦੀ ਹੈ ਗਰੀਬਸੀ ਲੋਕ ਨੇ तकरीबन 70 75% ਲੋਕ ਜਿਹੜੇ ਨੇ ਉਹ ਵਿਚਾਰੇ ਗੁਜ਼ਾਰਾ ਕਰਨ ਨਾਲ ਚਾਹੁੰਦੇ ਆਂ ਵੀ ਉਹਨਾਂ ਲਈ ਜਨਾਬ ਗੱਡੀ ਹੋ ਜਾਵੇ ਲੇਕਿਨ ਬਹੁਤ ਮੁਸ਼ਕਿਲ ਹੈ ਜੀ चलो अल्लाह तला खैर करे दुआ हैं अल्लाह तला पकसानद हम ही अनासर हो अल्लाह तला तमाम ही वर अज रात सेहत कामला दुआ करते हैं जनाब त अल्लाह तला हर मुसलमान सच बोलने की तोफीकता फरमाए फरमाए आमीन अल्लाह